धन धन बाबा श्री चंद जी। एक बार बाबा श्री चंद जी जदों कश्मीर विच पहुँचे तो उत्थों दे सियाने मोहतवार पंडित बाबा जी दे कोल पहुँचे अते जाके बाबा जी दे धूने दे कोल बैठ के बाबा जी दे कोल बेनती कीती कि महाराज इत्थों दा हाकम मीर यकूब खान हिंदुआं ते बहुत ज़्यादा जुल्म कर रहा है। सारे बच्चे डरते हुए अपना धर्म परिवर्तन कर रहे हैं। किसी नूं वी घड़ियाल वजाउण आरती करन दी इजाजत नहीं है। बाबा श्री चंद जी ने सारिया की बेनती सुनी अते कहा कि परमात्मा ने सब नूं समान रूप विच पैदा किया है। किसी नूं वी डरन दी कोई भी जरूरत नहीं है। इंसान दे अगे झुकना पाप है, परमात्मा दे अगे झुकना ही सच्ची आराधना है। परमात्मा नूं किसी भी रूप विच याद करो, परमात्मा तुहानूं मिलदे हन। परमात्मा दा नाम ही सच्ची सेवा है। किसी इंसान तो डरन दी कोई जरूरत नहीं है। ਤੁਸੀਂ ਘਰ ਵਿੱਚ ਜਾਓ, ਆਰਤੀ ਕਰੋ, ਘੜਿਆਲ ਵਜਾਓ, ਤੁਹਾਨੂੰ ਡਰਨ ਦੀ ਕੋਈ ਵੀ ਜ਼ਰੂਰਤ ਨਹੀਂ ਹੈ। ਇਹ ਸੁਣ ਕੇ ਉੱਥੋਂ ਦੇ ਲੋਕਾਂ ਵਿੱਚ ਜੋਸ਼ ਪੈਦਾ ਹੋ ਗਿਆ। ਜਿਨ੍ਹਾਂ ਨੇ ਆਪਣਾ ਧਰਮ ਪਰਿਵਰਤਨ ਕੀਤਾ ਸੀ ਉਹ ਵਾਪਸ ਆਪਣੇ ਧਰਮ ਵਿੱਚ ਆਉਣਾ ਸ਼ੁਰੂ ਹੋ ਗਏ। ਜਦੋਂ ਇਹ ਖਬਰ ਉੱਥੋਂ ਦੇ ਹਾਕਮ ਮੀਰ ਯਕੂਬ ਖਾਨ ਕੋਲ ਪਹੁੰਚੀ ਤਾਂ ਉਹ ਬਹੁਤ ਜ਼ਿਆਦਾ ਗੁੱਸੇ ਵਿੱਚ ਆ ਗਿਆ। ਅੱਗ ਬਬੂਲਾ ਹੋ ਕੇ ਬਾਬਾ ਸ਼੍ਰੀ ਚੰਦ ਜੀ ਦੇ ਧੂਣੇ 'ਤੇ ਪਹੁੰਚ ਗਿਆ। ਬਾਬਾ ਜੀ ਦੇ ਅੱਗੇ ਆਣ ਕੇ ਬੇਨਤੀ ਕਰਨ ਲੱਗਾ ਗੁੱਸੇ ਦੇ ਵਿੱਚ ਕਿ ਹੇ ਫਕੀਰ ਸਾਈਂ, ਤੁਸੀਂ ਇਹ ਕੀ ਹਨੇਰ ਕਰ ਰਹੇ ਹੋ? ਜਿਨ੍ਹਾਂ ਹਿੰਦੂਆਂ ਨੂੰ ਮੈਂ ਮੁਸਲਮਾਨ ਬਣਾਇਆ ਉਹਨਾਂ ਨੂੰ ਵਰਗਲਾ ਕੇ ਦੁਬਾਰਾ ਹਿੰਦੂ ਕਿਉਂ ਬਣਾ ਰਹੇ ਹੋ? ਮੈਂ ਇਸਲਾਮ ਦੀ ਸੇਵਾ ਕਰ ਰਿਹਾ ਹਾਂ। ਤੁਸੀਂ ਅੱਲਾਹ ਪਾਕ ਦੇ ਫਰਿਸ਼ਤੇ ਲੱਗਦੇ ਹੋ, ਇੰਨੇ ਤਪੱਸਵੀ ਹੋ ਤੁਸੀਂ, ਤਾਂ ਤੁਸੀਂ ਲੋਕਾਂ ਨੂੰ ਗਲਤ ਰਸਤੇ 'ਤੇ ਕਿਉਂ ਪਾ ਰਹੇ ਹੋ? ਤੁਸੀਂ ਆਪ ਇੰਨੀ ਧੁੱਪ ਵਿੱਚ ਬੈਠੇ ਹੋ, ਦੂਸਰਿਆਂ ਨੂੰ ਤੁਸੀਂ ਕੀ ਛਾਂ ਦੇਣੀ ਹੈ? ਇਹ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਚੁੱਪ ਰਹੇ ਅਤੇ ਸਮੀਰ ਕਾਸਮ ਦਾ ਹੰਕਾਰ ਤੋੜਨ ਵਾਸਤੇ ਬਾਬਾ ਜੀ ਨੇ ਧੂਣੇ ਵਿੱਚੋਂ ਇੱਕ ਚਨਾਰ ਦੀ ਲੱਕੜੀ ਕੱਢੀ ਅਤੇ ਧਰਤੀ ਵਿੱਚ ਗੱਢ ਦਿੱਤੀ ਅਤੇ ਬੋਲੇ ਕਿ ਮੀਰ ਸਾਹਿਬ, ਤੁਸੀਂ ਛਾਂ ਹੇਠਾਂ ਬੈਠੋ, ਇੰਨੇ ਗਰਮ ਨਾ ਹੋਵੋ। ਮੀਰ ਕਾਸਮ ਨੂੰ ਹੁਣ ਕੋਈ ਸਮਝ ਨਹੀਂ ਆ ਰਹੀ ਸੀ। ਜਦੋਂ ਉਸਨੇ ਦੇਖਿਆ ਕਿ ਹੇਠਾਂ ਲੱਕੜ ਬਲ ਰਹੀ ਹੈ, ਉੱਪਰੋਂ ਪੱਤੇ ਹਰੇ ਹਰੇ ਨਿਕਲ ਰਹੇ ਹਨ, ਦੇਖਦੇ ਦੇਖਦੇ ਉਹ ਲੱਕੜ ਚਨਾਰ ਦਾ ਦਰਖਤ ਬਣ ਗਈ ਅਤੇ ਛਾਂ ਹੋ ਗਈ। ਇਹ ਦੇਖ ਕੇ ਮੀਰ ਕਾਸਮ ਨੇ ਬਾਬਾ ਸ਼੍ਰੀ ਚੰਦ ਜੀ ਕੋਲ ਮਾਫ਼ੀ ਮੰਗੀ ਅਤੇ ਪੈਰਾਂ ਵਿੱਚ ਡਿੱਗ ਕੇ ਬਾਬਾ ਜੀ ਦੇ ਕੋਲੋਂ ਫਿਰ ਆਪਣੀ ਛਮਾ ਮੰਗੀ ਅਤੇ ਕਹਿਣ ਲੱਗਾ ਕਿ ਹੇ ਫਕੀਰ ਸਾਈਂ, ਮੇਤੋਂ ਖਤਾ ਹੋ ਗਈ ਹੈ, ਮੈਨੂੰ ਮੁਆਫ਼ ਕਰੋ। ਭਗਵਾਨ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਕਿ ਤੁਸੀਂ ਪਰਮਾਤਮਾ ਦੇ ਬਾਗ ਦੇ ਮਾਲੀ ਹੋ ਅਤੇ ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਬਾਗ ਵਿੱਚ ਵੇਲਾਂ ਬੂਟੇ ਹਨ ਜੋ ਸਾਰੇ ਆਪੋ ਆਪਣੀ ਸੁਗੰਧੀ ਦਿੰਦੇ ਹਨ। ਇਸ ਤਰ੍ਹਾਂ ਤੁਸੀਂ ਮਾਲੀ ਹੋਣ ਦੇ ਨਾਤੇ ਤੁਹਾਡਾ ਫਰਜ਼ ਹੈ ਕਿ ਸਾਰਿਆਂ ਨੂੰ ਸਮਾਨ ਰੂਪ ਵਿੱਚ ਸਮਝੋ। ਇਸ ਤੋਂ ਬਾਅਦ ਮੀਰ ਕਾਸਮ ਨੇ ਸਾਰੇ ਧਰਮਾਂ ਤੋਂ ਪਾਬੰਦੀਆਂ ਚੁੱਕ ਲਈਆਂ। ਹੁਣ ਸਾਰੇ ਧਰਮਾਂ ਦੇ ਲੋਕ ਮਿਲ ਕੇ ਬੈਠਣ ਲੱਗ ਪਏ ਅਤੇ ਬਾਬਾ ਜੀ ਨੂੰ ਕੋਟ ਕੋਟ ਧੰਨਵਾਦ ਕਰਨ ਲੱਗੇ। ਧੰਨ ਬਾਬਾ ਸ਼੍ਰੀ ਚੰਦ ਜੀ।